ਸਤਿ ਸ੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਕੁਝ ਦਿਨ ਪਹਿਲਾਂ ਸਲਮਾਨ ਖਾਨ ਨੂੰ ਤਮਕੀ ਪਰ ਖੱਤ ਜਿਹੜਾ ਮਿਲਿਆ ਸੀਗਾ ਤੇ ਤਮਕੀ ਪਰ ਖੱਤ ਉਦੋਂ ਮਿਲਦਾ ਜਦੋਂ ਉਹਨਾਂ ਦੇ ਪਿਤਾ ਜੀ ਸਲੀਮ ਖਾਨ ਸوير ਦੀ ਸੈਰ ਕਰ ਰਹੇ ਹੁੰਦੇ ਹਨ ਅਤੇ ਇੱਕ ਬੈਂਚ ਤੇ ਬੈਠਦੇ ਹਨ ਤਾਂ ਉੱਥੇ ਜਿਹੜਾ ਉਹਨਾਂ ਨੂੰ ਖੱਤ ਮਿਲਦਾ ਤਾਂ ਖੱਤ ਦੇ ਵਿੱਚ ਲਿਖਿਆ ਹੁੰਦਾ ਕਿ ਜਿਵੇਂ ਕਿ ਸਿੱਧੂ ਮੂਸੇ ਵਾਲੇ ਦਾ ਜੋ ਹਾਲ ਕੀਤਾ ਗਿਆ ਸੀ ਉਹੀ ਸਲਮਾਨ ਖਾਨ ਦਾ ਕੀਤਾ ਜਾਏਗਾ ਤਾਂ ਉਸ ਤੋਂ ਬਾਅਦ ਜਿਹੜਾ ਮੁੰਬਈ ਦਾ ਪ੍ਰਸ਼ਾਸਨ ਹੈ ਉਹ ਪੂਰਨ ਤੌਰ ਤੇ ਹਰਕਤ ਦੇ ਵਿੱਚ ਆਂਦਾ ਸਲਮਾਨ ਖਾਨ ਦੀ ਸੁਰੱਖਿਆ ਵਧਾਇ ਲਈ ਜਾਂਦੀ ਪਰ ਇਸ ਦੇ ਵਿੱਚ ਇੱਕ ਨਵਾਂ ਮੋੜ ਆ ਉਸ ਖੱਤ ਦੇ ਵਿੱਚ ਇੱਕ ਨੇ ਲਿਖਿਆ ਆਇਆ ਸੀ ਵੀ ਕਿਸ ਦੇ ਦੁਆਰਾ ਇਹ ਖੱਤ ਜਿਹੜਾ ਇਹ ਲਿਖਿਆ ਗਿਆ ਪਰ ਹੁਣ ਤੁਹਾਨੂੰ ਇਸ ਦੀ ਜਾਣਕਾਰੀ ਜਿਹੜੀ ਆ ਦੇ ਦਿੰਦੇ ਆ ਪੁਲਿਸ ਨੇ ਇਸ ਦੇ ਬਾਰੇ ਕਹਿ ਸਕਦੇ ਆ ਜਾਣਕਾਰੀ ਦਿੱਤੀ ਆ ਪ੍ਰਸ਼ਾਸਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ ਪੂਨੇ ਪੁਲਿਸ ਨੇ ਜਿਵੇਂ ਕਿ ਆਪ ਸਭ ਨੂੰ ਦੱਸਿਆ ਨੇ ਆ ਵੀ ਜਿਵੇਂ ਕਿ ਮਹਾਕਾਲ ਨੂੰ ਜੋ ਕਿ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਪੂਨੇ ਪੁਲਿਸ ਵੱਲੋਂ ਤਪੋਚ ਕੇ ਜਦੋਂ ਕੀਤੀ ਜਾਂਦੀ ਹੈ ਤਾਂ ਉਸ ਨੇ ਇਹ ਗੱਲ ਦੇ ਖੁਲਾਸੇ ਕੀਤੇ ਹਨ ਵੀ ਧਮਕੀ ਦੇਣ ਵਾਲੇ ਹੋਰ ਕੋਈ ਨਹੀਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਹੀ ਸਨ ਅਤੇ ਇਹ ਤਿੰਨ ਮੈਂਬਰ ਜਿਹੜੇ ਨੇ ਰਾਜਸਥਾਨ ਤੋਂ ਰਾਜਸਥਾਨ ਤੋਂ ਜਿਹੜੇ ਆ ਉੱਥੇ ਪਹੁੰਚਦੇ ਆ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਤੋਂ ਐ ਜਿਹੜੇ ਆ ਉੱਥੇ ਪਹੁੰਚਦੇ ਨੇ ਮੁੰਬਈ ਦੇ ਵਿੱਚ ਪਹੁੰਚਦੇ ਆ ਤਾਂ ਜਿਹੜਾ ਬੱਸ ਸਟੈਂਡ ਹੁੰਦਾ ਉਸ ਦੇ ਨਜ਼ਦੀਕ ਜਿਹੜੇ ਆ ਸਲੀਮ ਖਾਨ ਸੈਰ ਕਰ ਰਹੇ ਹੁੰਦੇ ਹਨ ਤਾਂ ਉੱਥੇ ਇਹਨਾਂ ਵਿੱਚੋਂ ਇੱਕ ਵਿਅਕਤੀ ਪਹੁੰਚਦਾ ਅਤੇ ਜਿਹੜੇ ਬੈਂਚ ਤੇ ਸਲੀਮ ਖਾਨ ਬੈਠਣ ਲੱਗਦੇ ਹਨ ਉੱਥੇ ਉਹ ਲੈਟਰ ਜਿਹੜੀ ਆ ਰੱਖ ਦਿੰਦਾ ਹੁਣ ਮਕਸਦ ਕੀ ਸੀਗਾ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆਂ ਮੀ ਮਹਾਕਾਲ ਨੇ ਇੰਨੀ ਗੱਲ ਕਹੀ ਹੈ ਵੀ ਮਕਸਦ ਅਸਲ ਦੇ ਵਿੱਚ ਫਿਰੋਤੀ ਜਿਹੜੀ ਹੈ ਹਾਸਲ ਕਰਨਾ ਸੀ ਮਤਲਬ ਸਿੱਧੇ ਤੌਰ ਤੇ ਧਮਕਾ ਕੇ ਜਿਹੜੇ ਆ ਪੈਸੇ ਹਾਸਲ ਕਰਨਾ ਇਹ ਮਹਾਕਾਲ ਨੇ ਜਿਹੜਾ ਹੈ ਸਾਰੀ ਜਾਣਕਾਰੀ ਜਿਹੜੀ ਦਿੱਤੀ ਆ ਵੀ ਜਿਹੜਾ ਪੱਤਰ ਲਿਖਿਆ ਗਿਆ ਸੀ ਜਿਹੜੀ ਲੈਟਰ ਲਿਖੀ ਗਈ ਸੀ ਜਿਹੜੀ ਚਿੱਠੀ ਲਿਖੀ ਗਈ ਸੀ ਉਹ ਜਿਹੜੀ ਆ ਧਮਕੀ ਭਰੀ ਚਿੱਠੀ ਜਿਹੜੀ ਹੋਰ ਕਿਸੇ ਨੇ ਨਹੀਂ ਬਲਕਿ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਨੇ ਹੀ ਇਹ ਚਿੱਠੀ ਜਿਹੜੀ ਲਿਖੀ ਆ ਤਾ ਕੁਛ ਸਾਲਾਂ ਪਹਿਲਾਂ ਆਪ ਸਭ ਨੂੰ ਜ਼ਰੂਰ ਉਹ ਵੀਡੀਓ ਯਾਦ ਹੋਏਗੀ ਜਾਂ ਹੁਣ ਵੀ ਤੁਹਾਡੇ ਸਾਹਮਣੇ ਉਹ ਵੀਡੀਓ ਚਲਦੀ ਹੋਏਗੀ ਜਦੋਂ ਸਲਮਾਨ ਖਾਨ ਨੂੰ ਧਮਕੀ ਦਿੱਤੀ ਜਾਂਦੀ ਹੈ ਲੋਰੈਂਸ ਬਿਸ਼ਨੋਈ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਕਿਉਂਕਿ ਆਪ ਸਭ ਨੂੰ ਪਤਾ ਹੈ ਵੀ ਸਲਮਾਨ ਖਾਨ ਤੇ ਦੋਸ਼ ਵੀ ਲੱਗੇ ਸਨ ਕਾਲਾ ਹਿਰਨ ਮਾਰਨ ਦੇ ਦੋਸ਼ ਲਿਖੇ ਸਨ ਤਾਂ ਬਿਸ਼ਨੋਈ ਜਿਹੜਾ ਸਮਾਜ ਹੈ ਉਹ ਕਾਲਾ ਹਿਰਨ ਦੀ ਭਗਤੀ ਕਰਦਾ ਹੈ ਤਾਂ ਉਹਨਾਂ ਦੀ ਕਹਿ ਸਕਦੇ ਆ ਪੂਜਾ ਵੀ ਕੀਤੀ ਜਾਂਦੀ ਹੈ ਕਾਲੇ ਹਿਰਨ ਦੀ ਤਾਂ ਲੋਰੈਂਸ ਬਿਸ਼ਨੋਈ ਜਿਹੜੀ ਆ ਧਮਕੀ ਦਿੰਦਾ ਅਤੇ ਇਹ ਗੱਲ ਕਹਿ ਦਿੰਦਾ ਜਦੋਂ ਇੱਕ ਪੱਤਰਕਾਰ ਪਹੁੰਚਦਾ ਉਹਨਾਂ ਕੋਲ ਤਾਂ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਹਜੇ ਤੱਕ ਕੁਝ ਕੀਤਾ ਨਹੀਂ ਜਦੋਂ ਕਰਾਂਗੇ ਉਦੋਂ ਤੁਹਾਨੂੰ ਜ਼ਰੂਰ ਜਿਹੜਾ ਹੈ ਪਤਾ ਲੱਗ ਜੂਗਾ ਤੇ ਸਲਮਾਨ ਖਾਨ ਦਾ ਨਾਂ ਲਿੱਤਾ ਜਾਂਦਾ ਅਤੇ ਹੁਣ ਜਿਹੜੀ ਲੈਟਰ ਹੈ ਸਲਮਾਨ ਖਾਨ ਨੂੰ ਜਿਹੜੀ ਮਿਲੀ ਹੈ ਸਲਮਾਨ ਖਾਨ ਸਲੀਮ ਖਾਨ ਨੂੰ ਜਿਹੜੀ ਮਿਲਦੀ ਹੈ ਉਸ ਤੋਂ ਬਾਅਦ ਉਹ ਘਰੇ ਲੈ ਕੇ ਜਾਂਦੇ ਆ ਅਤੇ ਹੁਣ ਜਿਹੜੀ ਲੈਟਰ ਮਿਲਦੀ ਹੈ ਉਸ ਦਾ ਹੁਣ ਪਤਾ ਲੱਗਦਾ ਲੱਗਿਆ ਵੀ ਲੋਰੈਂਸ ਬਿਸ਼ਨੋਈ ਗਰੁੱਪ ਵਾਲੋ ਹੀ ਜਿਹੜਾ ਇਹ ਪੱਤਰ ਲਿਖਿਆ ਗਿਆ ਸੀ ਜਿਹੜਾ ਇਹ ਲੈਟਰ ਲਿਖੀ ਜਾਂਦੀ ਆ ਉਹਨਾਂ ਵਾਲੋ ਹੀ ਜਿਹੜੀ ਲਿਖੀ ਜਾਂਦੀ ਆ ਤਾਂ ਹੁਣ ਸਿੱਧੇ ਤੌਰ ਤੇ ਪਹਿਲਾਂ ਵੀ ਲਿੰਕ ਜੋੜੇ ਜਾ ਰਹੇ ਸਨ ਪਰ ਇਸ ਚੀਜ਼ ਦਾ ਸਾਰਾ ਖੁਲਾਸਾ ਜਿਹੜਾ ਹੈ ਮਹਾਕਾਲ ਨੇ ਕੀਤਾ ਤਾਂ ਇਸ ਦਾ ਸੰਬੰਧ ਜਿਹੜਾ ਹੈ ਆਪ ਸਭ ਨੂੰ ਦੱਸ ਦिए ਵੀ ਸੱਦੂ ਮੂਸੇਆਲੇ ਦੇ ਕਤਲ ਦੇ ਵਿੱਚ ਵੀ ਮਹਾਕਾਲ ਦਾ ਸੰਬੰਧ ਹੁੰਦਾ ਹੈ ਤਾਂ ਉਸ ਦੇ ਵਿੱਚ ਹੀ ਪੂਨੇ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਜਿਵੇਂ ਕਿ ਗ੍ਰਿਫਤਾਰੀਆਂ ਜਿਹੜੀਆਂ ਨੇ ਲਗਾਤਾਰ ਹੋ ਰਹੀਆਂ ਨੇ ਤਾਂ ਲੋਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਦੀ ਵੀ ਗ੍ਰਿਫਤਾਰੀਆਂ ਹੋ ਰਹੀਆਂ ਅਤੇ ਇੱਕ ਪਾਸੇ ਗੱਲ ਕਰਦੇ ਹਾਂ ਰੈੱਡ ਰੈੱਡ ਅਲਰਟ ਨੋਟਿਸ ਵੀ ਜਿਹੜਾ ਹੈ ਉਹ ਵੀ ਜਾਰੀ ਕਰ ਦਿੱਤਾ ਗਿਆ ਤਾਂ ਹੁਣ ਇਸ ਦੇ ਵਿੱਚ ਹੁਣ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਸਲਮਾਨ ਖਾਨ ਨੂੰ ਜਿਹੜਾ ਧਮਕੀ ਭਰਿਆ ਖੱਤ ਮਿਲਿਆ ਸੀ ਉਹ ਹੋਰ ਕਿਸੇ ਪਾਸੋਂ ਨਹੀਂ ਬਲਕਿ ਜਿਹੜਾ ਲੋਰੈਂਸ ਬਿਸ਼ਨੋਈ ਗਰੁੱਪ ਵੱਲੋਂ ਜਿਹੜਾ ਧਮਕੀ ਭਰਿਆ ਖੱਤ ਮਿਲਦਾ ਉਸ ਤੋਂ ਬਾਅਦ ਜ਼ਰੂਰ ਕਹਿ ਸਕਦੇ ਆ ਪੁਲਿਸ ਜਿਹੜੀ ਆ ਉਸ ਤੇ ਦਾ ਪ੍ਰਸ਼ਾਸਨ ਜਿਹੜਾ ਹਰਕਤ ਦੇ ਵਿੱਚ ਆਂਦਾ ਹੈ ਐਫ ਆਈ ਆਰ ਵੀ ਦਰਜ ਹੋ ਜਾਂਦੀ ਆ ਹਰਕਤ ਦੇ ਵਿੱਚ ਆਂਦਾ ਸਿਕਿਉਰਿਟੀ ਵਧਾ ਦਿੱਤੀ ਜਾਂਦੀ ਆ ਪਰ ਇਹ ਜਿਹੜੀ ਧਮਕੀ ਦਿੱਤੀ ਗਈ ਆ ਕਿਸੇ ਹੋਰ ਵੱਲੋਂ ਨਹੀਂ ਬਲਕਿ ਲੋਰੈਂਸ ਬਿਸ਼ਨੋਈ ਦੇ ਗਰੁੱਪ ਦੇ ਮੈਂਬਰਾਂ ਵੱਲੋਂ ਦਿੱਤੀ ਗਈ ਆ